ਪੰਜਾਬ ਪੁਲਿਸ ਨੇ ਇੱਕ ਹੋਰ ਮੁਹਿੰਮ ਸ਼ੁਰੂ ਕੀਤੀ ਹੈ ਕਾਰੋਬਾਰ, ਜਿਹਦੇ ਤਹਿਤ ਗੱਡੀਆਂ 'ਚ ਜਿਹੜੇ ਸ਼ਰਾਬ ਪੀ ਰਹੇ ਆ, ਡਰਿੰਕ ਕਰ ਰਹੇ ਆ, ਉਹਨਾਂ 'ਤੇ ਹੁਣ ਜਿਹੜਾ ਸ਼ਿਕੰਜਾ ਹੈ ਉਹ ਕੱਸਿਆ ਜਾ ਰਿਹਾ ਹੈ। ਮੋਹਾਲੀ ਜ਼ਿਲ੍ਹੇ ਦੀ ਅਸੀਂ ਗੱਲ ਕਰ ਲਈਏ, ਵੱਖ ਵੱਖ ਜਿਹੜੇ ਏਰੀਆ ਨੇ ਜਿੱਥੇ ਠੇਕੇ ਦੇ ਕੋਲ ਜਾਂ ਫਿਰ ਹੋਰ ਜਿਹੜੇ ਖਾਲੀ ਥਾਵਾਂ ਨੇ, ਉੱਥੇ ਜਾ ਕੇ ਹੁਣ ਪੁਲਿਸ ਵੱਲੋਂ ਲਗਾਤਾਰ ਐਕਸ਼ਨ ਜਿਹੜਾ ਹੈ ਉਹ ਲਿਆ ਜਾ ਰਿਹਾ ਹੈ। ਅਸੀਂ ਮੌਜੂਦ ਹਾਂ ਸੈਕਟਰ 69 ਦੇ ਵਿੱਚ, ਔਰ ਇਹ ਬਿਲਕੁਲ ਪਾਰਕਿੰਗ ਦਾ ਏਰੀਆ ਜਿੱਥੇ ਖੁਦ ਸੀਨੀਅਰ ਅਫਸਰ ਮੌਕੇ ਤੇ ਪਹੁੰਚ ਕੇ ਪੂਰਾ ਚੈਕਿੰਗ ਜਿਹੜਾ ਉਹ ਕੀਤੀ ਜਾ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਇਹਦੇ ਵਿੱਚ ਕੁਝ ਜਿਹੜੇ ਨੌਜਵਾਨ ਹੈ ਉਹ ਇੱਥੇ ਗੱਡੀ 'ਚ ਸ਼ਰਾਬ ਪੀ ਰਹੇ ਸੀਗੇ, ਇਸ ਕਰਕੇ ਇਹ ਮੁਹਿੰਮ ਦੇ ਤਹਿਤ ਕਾਰੋਬਾਰ ਜਿਹਦੇ ਵਿੱਚ ਮੋਹਾਲੀ ਜ਼ਿਲ੍ਹੇ ਦੇ ਅਸੀਂ ਗੱਲ ਕਰ ਲਈਏ, ਮੇਨ ਮੇਨ ਜਿਹੜੇ ਜੀਰਕਪੁਰ ਦੀ ਅਸੀਂ ਗੱਲ ਕਰ ਲਈਏ, ਮੋਹਾਲੀ ਦੇ ਜਿਹੜੇ ਮੇਨ ਅਹਿਮ ਜਿਹੜੇ ਥਾਵਾਂ ਨੇ ਉੱਥੇ ਜਾ ਕੇ ਸਾਰਾ ਜਿਹੜਾ ਇਹ ਆਪਰੇਸ਼ਨ ਕੀਤਾ ਜਾ ਰਿਹਾ। SSP ਮੋਹਾਲੀ ਦੀਪਕ ਪਾਰੀ ਜੀ ਸਾਡੇ ਨਾਲ ਨੇ, ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ, ਕਿਉਂਕਿ ਬਹੁਤ ਅਹਿਮ ਹੋ ਜਾਂਦਾ ਹੈ ਕਿ ਕਿਸ ਤਰ੍ਹਾਂ ਇਹ ਡਰਿੰਕ ਕਰਕੇ ਕੋਈ ਬੈਡ ਆਨਸਰ ਜਾਂ ਕਿਸੇ ਹੋਰ ਗਤੀਵਿਧੀ 'ਚ ਸ਼ਾਮਿਲ ਹੁੰਦੇ ਆ, ਇਸ ਕਰਕੇ ਇੱਕ ਜਿਹੜੀ ਮੁਹਿੰਮ ਦੇ ਤਹਿਤ ਇਹ ਪੂਰਾ ਕੀਤਾ ਜਾ ਰਿਹਾ। SSP ਦੀਪਕ ਪਾਰੀ ਸਾਡੇ ਨਾਲ ਨੇ। ਦੀਪਕ ਸਰ, ਕਿਉਂਕਿ ਬਹੁਤ ਜ਼ਰੂਰੀ ਹੁੰਦਾ ਕਿਉਂਕਿ ਜਿਹੜੇ ਡਰਿੰਕ ਕਰਦੇ ਆ ਔਰ ਫਿਰ ਉਸ ਤੋਂ ਬਾਅਦ ਰੈਸ਼ ਡਰਾਈਵਿੰਗ ਹੁੰਦੀ ਹੈ, ਕਈ ਚੀਜ਼ਾਂ ਇਸ ਪਹਿਲਾਂ ਵੀ ਦੇਖੀ ਗਈ ਹੈ, ਇਹ ਮੁਹਿੰਮ ਦੇ ਤਹਿਤ ਕਿੱਥੇ ਕਿੱਥੇ ਜਿਹੜੀ ਹੈਗੀ ਰੇਡ ਕੀਤੀ ਜਾ ਰਹੀ ਤੇ ਕਿਸ ਤਰ੍ਹਾਂ ਦਾ ਰਿਸਪੌਂਸ ਮਿਲਿਆ? ਇਹ ਦੇਖੋ ਜੀ, ਸਾਡੇ ਮਾਨਯੋਗ DGP ਸਾਹਿਬ ਵੱਲੋਂ, ਸਾਡੇ DIG ਮੈਮ ਵੱਲੋਂ ਸਾਨੂੰ, ਸਾਡੇ ਟ੍ਰੈਫਿਕ ਦੇ ADGP ਸਾਹਿਬ ਵੱਲੋਂ ਸਾਨੂੰ ਸਪੈਸ਼ਲ ਇੰਸਟਰਕਸ਼ਨ ਸੀਗੇ, ਕਿਉਂਕਿ ਆਪਣੇ ਇਲਾਕੇ ਦੇ ਵਿੱਚ ਕਾਫੀ ਕੰਪਲੇਂਟਾਂ ਵੀ ਲੋਕਾਂ ਦੀ ਆ ਰਹੀ ਸੀਗੀਆਂ ਕਿ ਕਾਫੀ ਲੋਕ ਗੱਡੀਆਂ 'ਚ ਪਹਿਲਾਂ ਸ਼ਰਾਬ ਪੀਂਦੇ ਆ ਫਿਰ ਰਾਤ ਨੂੰ ਰੈਸ਼ ਡਰਾਈਵਿੰਗ ਕਰਦੇ ਆ। ਜੇ ਆਪਣੇ ਮੋਹਾਲੀ ਦਾ ਤੁਸੀਂ ਐਵਰੇਜ ਦੇਖੋ ਤਾਂ ਐਵਰੇਜ ਮੈਨੂੰ ਲੱਗਦਾ ਹੈ, ਜਿੰਨਾ ਮੇਰਾ ਹੁਣ ਐਕਸਪੀਰੀਅੰਸ ਹੋਇਆ, ਕਿ ਡੇਲੀ ਦੋ ਡੈਥ ਘੱਟੋ ਘੱਟ ਜਿਹੜੀ ਹੈਗੀ ਉਹ ਗੱਡੀ ਦੀ ਫੇਟ ਨਾਲ ਹੋ ਰਹੀ ਹੈ। ਬਿਲਕੁਲ। ਸੋ ਇਹਦੇ ਵਿੱਚ ਸ਼ਰਾਬ ਪੀਣਾ, ਡਰਿੰਕ ਐਂਡ ਡਰਾਈਵ ਕਰਨਾ, ਉਹਦਾ ਵੀ ਜਿਹੜਾ ਹੈਗਾ ਉਹ ਯੋਗਦਾਨ ਹੈਗਾ। ਠੀਕ ਹੈ। ਸੋ ਇਸ ਲਈ ਜਿਹੜਾ ਹੈਗਾ ਇਹ ਆਪਾਂ ਇੱਕ ਮੁਹਿੰਮ ਸ਼ੁਰੂ ਕੀਤੀ ਆ, ਸ਼ਹਿਰ ਦੇ ਵੱਖ ਵੱਖ ਥਾਵਾਂ ਤੇ ਚੱਲ ਰਹੀ ਹੈ। ਪਹਿਲਾਂ ਵੀ ਪਿਛਲੇ ਹਫਤੇ, ਪਿਛਲੇ ਫਰਾਈਡੇ ਵੀ ਕੀਤੀ ਗਈ ਸੀ, ਵੈਂਸਡੇ ਵੀ ਕੀਤੀ ਗਈ ਸੀ। ਸੋ ਅੱਗੇ ਵੀ ਇਸੇ ਤਰੀਕੇ ਨਾਲ ਬਦਸਤੂਰੇ ਜਾਰੀ ਰਹੇਗੀ। ਇੱਕ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦੇ ਆ ਕਿ ਵੀ ਇਸ ਤਰੀਕੇ ਨਾਲ ਜਿਹੜਾ ਹੈਗਾ ਰੂਲਸ ਨੂੰ ਵਾਇਲੇਟ ਨਾ ਕੀਤਾ ਜਾਵੇ। ਔਰ ਅੱਜ ਇੱਥੇ ਜਿਹੜੇ ਕੋਈ ਇਸ ਤਰੀਕੇ ਦੇ ਆਹਤੇ ਬਣੇ ਉਹਨਾਂ ਦੇ ਬਾਹਰ ਜਿਹੜੀ ਗੱਡੀਆਂ ਹੈਗੀ ਉੱਥੇ ਵੀ ਕਰ ਰਹੇ ਹਾਂ, ਸ਼ਹਿਰ ਦੇ ਮੇਨ ਚੌਕਾਂ ਦੇ ਵਿੱਚ ਡਰਿੰਕ ਡਰਾਈਵਿੰਗ ਦਾ ਵੀ, ਅਸੀਂ ਭੀੜ ਭਾੜ ਵਾਲੇ ਏਰੀਆ ਮਾਲ ਦੇ ਨੇੜੇ ਤੇੜੇ ਉਹ ਵੀ ਸਾਰੇ ਚੈੱਕ ਕਰਾਂਗੇ। ਜਿਹੜੇ ਕੋਈ ਇੱਥੇ ਖੁੰਝੇ ਵਾਲੇ ਏਰੀਆ ਹੈਗੇ ਜਿੱਥੇ ਕਿ ਲੋਕ ਇਸ ਤਰੀਕੇ ਦੇ ਕਰਦੇ ਆ, ਉਹ ਵੀ ਚੈੱਕ ਕਰਾਂਗੇ, ਕਿਉਂਕਿ ਇੱਥੇ ਦੂਜਾ ਇਹ ਹੁੰਦਾ ਕਿ ਜੇ ਕੋਈ ਡਰਿੰਕ ਕਰ ਰਹੇ ਆ, ਕਈ ਵਾਰ ਇਸ ਤਰੀਕੇ ਦੇ ਗੈਂਗ ਹੁੰਦੇ ਆ ਜਿਹੜੇ ਆ ਕੇ ਉੱਥੇ ਲੁੱਟਪਾਟ ਵੀ ਕਰ ਲੈਂਦੇ ਆ, ਕੋਈ ਚਾਕੂ ਵਗੈਰਾ ਦਿਖਾ ਕੇ। ਸੋ ਬੇਸਿਕਲੀ ਕ੍ਰਾਈਮ ਪ੍ਰੀਵੈਂਸ਼ਨ ਦਾ ਵੀ ਇਹਦੇ ਵਿੱਚ ਇੱਕ ਐਂਗਲ ਹੈਗਾ। ਠੀਕ ਹੈ। ਤੇ ਸਰ, ਕਿਸ ਤਰ੍ਹਾਂ ਦੀ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਤੇ ਅਵੇਅਰ ਵੀ ਕੀਤਾ ਜਾ ਰਿਹਾ ਤੇ ਕਾਰਵਾਈ ਜਿਹੜੀ ਹੈਗੀ ਦੋਨੇ? ਜੀ ਬੇਸਿਕਲੀ ਤਾਂ ਅਵੇਅਰਨੈਸ ਹੀ ਹੈਗੀ, ਕਿਉਂਕਿ ਇਸ ਫਿਲਹਾਲ ਤਾਂ ਅਸੀਂ ਜਿਹੜਾ ਹੈਗਾ ਉਹ ਫਾਈਨਸ ਹੀ ਕਰ ਰਹੇ ਹਾਂ। ਫਿਲਹਾਲ ਕੋਈ ਅਸੀਂ FIR ਨਹੀਂ ਦੇ ਰਹੇ, ਹਾਲਾਂਕਿ ਜਿਹੜੀ ਹੈਗੀ FIR ਵੀ ਦਿੱਤੀ ਜਾ ਸਕਦੀ, ਜਿਹੜੇ ਵਾਇਲੇਸ਼ਨ ਹੈਗੇ ਨਵੇਂ BNS ਦੇ ਸੈਕਸ਼ਨਸ ਹੈਗੇ, ਐਕਸਾਈਜ਼ ਐਕਟ ਹੈਗਾ। ਲੇਕਿਨ ਸਾਡਾ ਮਕਸਦ ਇਹ ਨਹੀਂ ਕਿ ਕਿਸੇ ਨੂੰ ਹੈਰੈਸ ਕਰਨਾ ਨਹੀਂ ਪਬਲਿਕ ਨੂੰ, ਸਾਡਾ ਮਕਸਦ ਇੱਕ ਮੈਸੇਜ ਦੇਣਾ ਹੈ ਪਬਲਿਕ ਨੂੰ, ਖਾਸ ਕਰ ਆਪਣੇ ਯੂਥ ਨੂੰ, ਕਿ ਉਹ ਕਾਨੂੰਨ ਦੀ ਉਲੰਘਣਾ ਨਾ ਕਰੇ। ਠੀਕ ਹੈ ਸਰ, ਇਹ ਰੈਂਡਮ ਜਿਹੜੀ ਚੈਕਿੰਗ ਕੀਤੀ ਜਾ ਰਹੀ, ਖਾਸ ਤੌਰ ਤੇ ਨਾਈਟ ਨੂੰ ਆਪਾਂ ਗੱਲ ਕਰੀਏ, ਡਰਿੰਕ ਐਂਡ ਡਰਾਈਵ ਨਾ ਕਰ ਲਾ ਕੇ? ਹਾਂ, ਨਾਈਟ ਦੀ ਸਪੈਸ਼ਲ ਜਿਹੜੇ ਕਿ ਜਿਸ ਦਿਨ ਸਾਨੂੰ ਲੱਗਦਾ ਹੈ ਕਿ ਇਸ ਪਰਟੀਕੁਲਰ ਡੇਜ਼ ਹੁੰਦੇ ਜਿਸ ਦਿਨ ਯੂਥ ਜਿਹੜਾ ਹੈਗਾ ਜ਼ਿਆਦਾ ਉਹ ਡਰਿੰਕ ਵਗੈਰਾ ਕਰਕੇ ਡਰਾਈਵ ਕਰਦਾ, ਉਸ ਦਿਨ ਸਪੈਸ਼ਲ ਅਸੀਂ ਚੈਕਿੰਗ ਕਰਾਂਗੇ। ਠੀਕ ਹੈ ਸਰ, ਬਾਰਡਰ ਏਰੀਆ ਦੇ ਨਾਲ ਲੱਗਦੇ ਜਿਹੜੇ ਵੀ ਸ਼ਰਾਬ ਦੇ ਠੇਕੇ ਨੇ ਉਹਦੇ ਵਿੱਚ ਵੀ ਖਾਸ ਤੌਰ ਤੇ ਕੋਆਰਡੀਨੇਸ਼ਨ ਕੀਤੀ ਜਾ ਰਹੀ ਦੂਜੇ ਸਟੇਟ ਦੇ ਨਾਲ? ਹਾਂ, ਬੇਸਿਕਲੀ ਸਾਡੀ ਕੋਆਰਡੀਨੇਸ਼ਨ ਤਾਂ ਆਲਰੇਡੀ ਅੱਛੀ ਹੈਗੀ, ਪਰ ਕੋਈ ਇਹੋ ਜਿਹੇ ਪੁਆਇੰਟ ਹੈਗੇ ਜਿਹੜੇ ਕਾਮਨ ਪ੍ਰੋਬਲਮ ਏਰੀਆਜ਼ ਹੈਗੇ, ਉਹਨੂੰ ਅਸੀਂ ਆਈਡੈਂਟੀਫਾਈ ਕਰਕੇ ਐਕਟ ਕਰਾਂਗੇ। ਤੇ ਸਰ, ਇਹ ਜਿਹੜੀ ਗੱਡੀਆਂ ਖੜੀਆਂ ਸਾਰੀ, ਇਹਦੇ ਵਿੱਚ ਸਪੈਸ਼ਲੀ ਚੈਕਿੰਗ ਜਿਹੜੀ ਹੈ ਤੁਹਾਡੀ ਪੁਲਿਸ ਟੀਮ ਵੱਲੋਂ ਪੂਰੀ ਕੀਤੀ ਜਾ ਰਹੀ? ਜੀ ਸਾਡੇ ਵੱਲੋਂ, ਸਾਡੀ ਟੀਮ ਵੱਲੋਂ ਚੈਕਿੰਗ ਇਕੱਲੇ ਇਸ ਪੁਆਇੰਟ 'ਤੇ ਨਹੀਂ ਕੀਤੀ ਜਾ ਰਹੀ, ਸ਼ਹਿਰ ਦੇ ਵਿੱਚ ਇਸ ਵੇਲੇ ਮੇਰੇ ਖਿਆਲ 8-10 ਪੁਆਇੰਟਾਂ 'ਤੇ ਪੈਰਲਲੀ ਸ਼ੁਰੂ ਐਕਸ਼ਨ ਹੋ ਚੁੱਕਿਆ ਹੈ। ਸਾਡੇ GOs ਇਹਨੂੰ ਮੋਨੀਟਰ ਕਰ ਰਹੇ ਹਾਂ, ਅਸੀਂ ਆਪ ਵੀ ਵੱਖ ਵੱਖ ਥਾਵਾਂ 'ਤੇ ਜਾ ਕੇ ਚੈੱਕ ਕਰ ਰਹੇ ਹਾਂ। ਠੀਕ ਹੈ, ਤੇ ਬਿਲਕੁਲ ਜਿੱਦਾਂ ਸਰ ਨੇ ਕਿਹਾ ਕਿ ਬਹੁਤ ਜ਼ਰੂਰੀ ਹੈ ਲੋਕਾਂ ਨੂੰ ਅਵੇਅਰ ਕਰਨਾ ਵੀ, ਹਾਲਾਂਕਿ ਫਿਲਹਾਲ ਚਲਾਨ ਕੱਟੇ ਜਾ ਰਹੇ ਨੇ, ਜਿਹੜੀ ਵੀ ਗੱਡੀਆਂ 'ਚ ਸ਼ਰਾਬ ਪੀ ਰਹੇ ਨੇ ਉਹਦੇ ਵਿੱਚ ਪੂਰਾ ਇਹ ਚੈਕਿੰਗ ਕੀਤੀ ਜਾ ਰਹੀ। ਤਸਵੀਰਾਂ ਤੁਸੀਂ ਵੇਖ ਸਕਦੇ ਹੋ, ਹਾਲਾਂਕਿ ਇਹ ਨੌਜਵਾਨ ਗੱਡੀ 'ਚ ਸ਼ਰਾਬ ਪੀ ਰਹੇ ਸੀ, ਇਹਨਾਂ ਨੂੰ ਰੋਕਿਆ ਗਿਆ ਤੇ ਕਾਰਵਾਈ ਜਿਹੜੀ ਹੈ
ਅਵੇਅਰਨੈਸ ਦੇ ਨਾਲ ਚਲਾਨ ਵੀ ਕੀਤੇ ਜਾ ਰਹੇ ਨੇ ਔਰ ਸ਼ਹਿਰ ਦੇ ਵੱਖ ਵੱਖ ਜੇ ਆਪਾਂ ਗੱਲ ਕਰੀਏ ਮੋਹਾਲੀ ਜ਼ਿਲ੍ਹੇ ਦੇ ਸ਼ਹਿਰ ਦੇ ਵੱਖ ਵੱਖ ਏਰੀਆ ਦੇ ਵਿੱਚ ਇਹ ਪੂਰਾ ਜਿਹੜਾ ਚਲਾਨ ਕੀਤਾ ਜਾ ਜੇਕਰ ਕੋਈ ਗੱਡੀ 'ਚ ਬਹਿ ਕੇ ਡਰਿੰਕ ਕਰ ਰਿਹਾ ਤੇ ਉਹਦੇ ਜਿਹੜੇ ਚਲਾਨ ਹੈ ਉਹ ਵੀ ਕੱਟੇ ਜਾ ਰਹੇ ਨੇ ਔਰ ਖੁਦ ਸੀਨੀਅਰ ਅਫਸਰ ਮੌਕੇ ਤੇ ਨੇ ਔਰ ਵੱਖ ਵੱਖ ਜ਼ੀਰਕਪੁਰ ਦੀ ਅਸੀਂ ਗੱਲ ਕਰ ਲਈਏ ਜਾਂ ਫਿਰ ਜਿਹੜੇ ਵੀ ਮਾਲਸ ਨੇ ਭੀੜ ਭਾੜ ਵਾਲੇ ਜਾਂ ਖੁੰਝੇ ਏਰੀਏ ਨੇ ਜਿੱਦਾਂ ਸਰ ਨੇ ਦੱਸਿਆ ਉੱਥੇ ਪੂਰੀ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਕਿਉਂਕਿ ਕਈ ਵਾਰੀ ਦੇਖਿਆ ਗਿਆ ਹੈ ਕਿ ਸਾਈਡ ਤੇ ਗੱਡੀ ਖੜੀ ਕਰਕੇ ਉਹਦੇ 'ਚ ਸ਼ਰਾਬ ਪੀ ਰਹੇ ਨੇ ਤਾਂ ਕਈ ਇਸ ਤਰ੍ਹਾਂ ਦੀ ਰੈਸ਼ ਡਰਾਈਵਿੰਗ ਜਾਂ ਇਸ ਤਰ੍ਹਾਂ ਦੇ ਐਕਸੀਡੈਂਟ ਜਿਹੜੇ ਆ ਉਹ ਵੇਖਣ ਨੂੰ ਮਿਲੇ ਇਸ ਕਰਕੇ ਇੱਕ ਮੁਹਿੰਮ ਦੇ ਤਹਿਤ ਕਾਰੋਬਾਰ ਉਸ ਮੁਹਿੰਮ ਦੇ ਤਹਿਤ ਪੂਰੀ ਜਿਹੜੀ ਮੋਹਾਲੀ ਜ਼ਿਲ੍ਹੇ ਦੀ ਪੁਲਿਸ ਹੈ ਵੱਖ ਵੱਖ ਏਰੀਆ ਦੇ ਵਿੱਚ ਜਾ ਕੇ ਛਾਪੇਮਾਰੀ ਵੀ ਕਰ ਰਹੀ ਹੈ ਚੈਕਿੰਗ ਕਰਦੀ ਨਜ਼ਰ ਆ ਰਹੀ ਹੈ ਔਰ ਮਕਸਦ ਇਹੀ ਹੈ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਕਿਸੇ ਨੂੰ ਨਾ ਹੋਵੇ ਮੋਹਾਲੀ ਜ਼ਿਲ੍ਹੇ ਦੀ ਸੈਕਟਰ 69 ਦੀ ਤਸਵੀਰਾਂ ਨੇ ਜਿੱਥੇ ਗੱਡੀਆਂ ਦੀ ਜਿਹੜੀ ਜਿੱਥੇ ਵੀ ਪਾਰਕਿੰਗ 'ਚ ਗੱਡੀਆਂ ਖੜੀ ਹੈ ਬਿਲਕੁਲ ਬੈਕ ਏਰੀਆ ਹੋਵੇ ਜਾਂ ਡਾਰਕ ਏਰੀਆ ਹੋਵੇ ਉੱਥੇ ਜਾ ਕੇ ਪੂਰੀ ਗੱਡੀਆਂ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ ਕਿ ਜੇ ਕੋਈ ਗੱਡੀ 'ਚ ਬੈਠਾ ਹੈ ਤਾਂ ਉਹ ਡਰਿੰਕ ਤਾਂ ਨਹੀਂ ਕਰ ਰਿਹਾ ਕੋਈ ਬੈਡ ਆਨਸਰ ਇਹ ਸਾਰੀ ਕਿਉਂਕਿ ਆਈਡੈਂਟੀਫਾਈ ਵੀ ਜਿਹੜਾ ਕੀਤਾ ਜਾ ਰਿਹਾ ਵੈਰੀਫਾਈ ਵੀ ਕੀਤਾ ਜਾ ਰਿਹਾ ਕਿ ਕੋਈ ਗੱਡੀ 'ਚ ਕੋਈ ਬੈਡ ਆਨਸਰ ਜਾਂ ਕੁਛ ਤਰ੍ਹਾਂ ਦਾ ਕੋਈ ਸ਼ਰਾਰਤੀ ਆਨਸਰ ਤਾਂ ਨਹੀਂ ਬੈਠਿਆ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਸਾਰਿਆਂ ਨੂੰ ਵੈਰੀਫਾਈ ਵੀ ਕਰਦੀ ਨਜ਼ਰ ਆ ਰਹੀ ਮੋਹਾਲੀ ਤੋਂ ਕੈਮਰਾਮੈਨ ਸਨਮਪ੍ਰੀਤ ਸਿੰਘ ਨਾਲ ਮਨੋਜ ਰਾਠੀ ਨਿਊਜ਼ 18 ਪੰਜਾਬ